ਹਾਂਜੀ ਵੀਰ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਜਿਹੜੇ ਤੁਹਾਨੂੰ ਬਫੈਲੋ ਦਿਖਾਉਣ ਜਾ ਰਹੇ ਜੀ, ਇਹ ਡਿਸਟ੍ਰਿਕਟ ਮੋਗਾ ਵਿੱਚ ਹੈ ਜੀ। ਅਤੇ ਇਹਨਾਂ ਵੀਰ ਜੀ ਦਾ ਨਾਮ ਹੈਗਾ ਜੀ ਗੁਰਪ੍ਰੀਤ ਸਿੰਘ, ਵਿਲੇਜ ਨਿਧਾਂ ਵਾਲਾ, ਡਿਸਟ੍ਰਿਕਟ ਮੋਗਾ। ਠੀਕ ਹੈ ਵੀਰ ਜੀ, ਪਿੰਡ ਨਿਧਾਂ ਵਾਲਾ ਜੀ। ਅਤੇ ਹੁਣ ਤੁਹਾਨੂੰ ਬਫੈਲੋ ਡਿਟੇਲ ਦੱਸਦਾ ਜੀ ਮੈਂ ਤੁਹਾਨੂੰ। ਬਫੈਲੋ ਇਸ ਟਾਈਮ 3700 ਸੋਣੀ ਹੈ ਜੀ। ਠੀਕ ਹੈ ਜੀ, ਉਹਨਾਂ ਦੇ ਕਹਿਣ ਮੁਤਾਬਕ ਪਿਛਲੇ ਦੂਜੇ ਸੂਏ ਨੇ 13-14 ਲੀਟਰ ਦੁੱਧ ਦਿੱਤਾ ਜੀ। ਠੀਕ, ਜਿਸ ਤਰ੍ਹਾਂ ਉਹਨਾਂ ਨੂੰ ਮੈਂ ਕਿਹਾ ਉਸ ਤਰ੍ਹਾਂ ਤੁਹਾਨੂੰ ਦੱਸੀ ਜਾਣੇ, 14 ਲੀਟਰ ਦੇ ਨੇੜੇ 'ਤੇ ਦੁੱਧ ਦਿੱਤਾ ਦੂਜੇ ਸੂਏ ਨੇ। ਅਤੇ ਟਾਈਮ ਹੈ ਜੀ ਨੂੰ ਘੱਟੋ ਘੱਟ 10 ਦਿਨ ਪਏ ਜੀ ਸੂਣ 'ਤੇ। ਜਿਹੜਾ ਨੇ ਜੀ ਸਾਨ ਤੋਂ ਪ੍ਰੈਗਨੈਂਟ ਹੈ ਜੀ, ਉਹ ਐਮਨਤੀ ਟੀਕਾ ਭਰਾਇਆ ਹੋਇਆ ਜੀ ਇਹਨਾਂ ਨੇ। ਠੀਕ ਜੀ, ਐਮਨਤੀ ਟੀਕਾ ਸਿਮਲ ਲੱਗਿਆ ਜੀ ਇਹਨੂੰ। ਬਾਕੀ ਤੁਹਾਨੂੰ ਮੈਂ ਜੀ ਬੰਦਰ ਦੇਖੀ ਜਾਂਦੇ ਆ ਜੀ, ਸਿੰਘ ਸੁੰਘ ਸੋਹਣਾ ਜੀ, ਬਾਡੀ ਬਹੁਤ ਸੋਹਣੀ ਹੈ ਜੀ। ਠੀਕ ਹੈ ਜੀ, ਅਤੇ ਮੈਂ ਇਹਦਾ ਕੱਦ ਕਾਠ ਵੀ ਪੂਰਾ ਪੂਰੀ ਰਾਜੀ ਮੱਝ। ਅਤੇ ਵੀਰ ਜੀ, ਜੇ ਕਿਸੇ ਨੇ ਲੈਣੀ ਹੋਵੇ ਇਹਨੇ ਵੀਰ ਜੀ ਨੇ ਕੰਟੈਕਟ ਕਰ ਲਿਓ। ਨੰਬਰ ਇਹਨੇ ਦਿੱਤਾ ਜੀ 8729-91-00। ਨੰਬਰ ਬਾਕੀ ਸਕਰੀਨ ਦੇ ਉੱਪਰ ਚੱਲੀ ਜਾਂਦਾ ਜੀ। ਠੀਕ ਹੈ ਜੀ, ਅਤੇ ਮੁੱਲ ਵੀਰ ਜੀ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਕੀ ਮੁੱਲ ਕਰਨਾ। ਮੁੱਲ ਤੁਸੀਂ ਆਪ ਉਹਨਾਂ ਨਾਲ ਗੱਲਬਾਤ ਕਰ ਲਿਆ ਜੀ, ਉਹ ਅਸੀਂ ਮੁੱਲ ਉਹਦੀ ਕਰਾਂਗੇ। ਅਤੇ ਇੱਕ ਵੀਰ ਜੀ ਆਹ ਕੱਟਾ ਜੀ, ਇੱਕ ਕੱਟਾ ਵੀ ਤੁਹਾਨੂੰ ਦਿਖਾਉਂਦੇ ਹਾਂ। ਠੀਕ ਹੈ ਜੀ, ਅਤੇ ਉਹ ਕੱਟਾ ਵੀ ਬਹੁਤ ਚੰਗਾ ਉਹਨਾਂ ਕੋਲ ਹੀ ਹੈ ਜੀ। ਅਤੇ ਆਹ ਵੀਰ ਜੀ ਕੱਟਾ ਜੀ, ਇਹ ਸੁਲਤਾਨ ਦਾ ਬੱਚਾ ਜੀ। ਠੀਕ ਹੈ ਜੀ, ਅਤੇ ਇਹ ਵੈਸੇ ਇਹ ਮੱਝ ਤਾਂ ਹੈ ਨਹੀਂ ਗਾ ਜੀ, ਇਹ ਹੋਰ ਆ ਮੱਝ ਉਹਨਾਂ ਕੋਲ, ਉਹਦਾ ਦੁੱਧ ਵੀ 14-15 ਕਿਲੋ ਦੇ ਸੀ। ਠੀਕ ਹੈ ਜੀ, ਅਤੇ ਇਹਦਾ ਮੁੱਲ ਵੀ ਕੋਈ 25,000 ਰੁਪਈਆ ਉਹ ਮਾਰੇ ਡਿਮਾਂਡ ਕਰਦੇ ਜੀ ਇਹਦੀ, ਕਿ 25,000 ਦੇ ਲਗਭਗ ਡਿਮਾਂਡ ਮਤੀ ਕੱਟਾ ਦੇ ਦਾਂਗੇ। ਸੁਲਤਾਨ ਦਾ ਬੱਚਾ ਜੀ, ਉਹ ਕਹਿੰਦੇ ਗਰੰਟੀ ਹੈ ਪੂਰੀ, ਅਤੇ 5 ਮਹੀਨੇ ਦੀ ਉਮਰ ਹੈ ਜੀ ਇਹਦੀ, ਕਹਿੰਦੇ 5 ਮਹੀਨੇ ਬੱਚਾ ਹੈ ਜੀ ਇਹ। ਚਲੋ, ਬਾਕੀ ਜੇ ਕਿਸੇ ਨੂੰ ਲੋੜ ਹੋਵੇ ਉਹਦੇ ਏਰੀਏ ਮੋਗੇ ਸਾਈਡ 'ਤੇ ਕਿਸੇ ਨੇ ਵੀ ਇਹਨੂੰ ਲੋੜ ਹੋਈ ਤਾਂ ਉਹਨਾਂ ਨਾਲ ਗੱਲਬਾਤ ਕਰ ਲੈਣ ਜੀ। ਠੀਕ ਹੈ ਜੀ, ਅਤੇ ਨੰਬਰ ਤੁਹਾਨੂੰ ਦੇ ਹੀ ਦਿੱਤਾ ਜੀ ਇਹਨਾਂ ਦਾ। ਦੋਵਾਂ ਚੀਜ਼ਾਂ ਰੇਟ ਹੋ ਗਏ ਸੀ, ਆਪ ਕਹਿੰਦਾ ਕੱਟ ਰਿਹਾ, ਫਿਰ ਵੀ ਉਹਨਾਂ ਨੂੰ ਥੋੜ੍ਹਾ ਦੱਸਦਾ ਕਿ ਆਈਡੀਆ ਦੇ ਦਿੱਤਾ ਕਿ ਇੰਨੇ ਦੇ ਦਾਂਗੇ, ਬਾਕੀ ਤੁਸੀਂ ਗੱਲਬਾਤ ਕਰ ਲੈ। ਠੀਕ ਹੈ ਵੀਰ ਜੀ, ਸਤਿ ਸ਼੍ਰੀ ਅਕਾਲ ਜੀ।